ਸਾਸ਼ਿਕਾ ਦੋਸਤੋ ਮੈਂ ਤੁਹਾਡਾ ਆਪਣਾ ਦੋ ਸੰਜੀਤ ਸਿੰਘ ਰੀਹਲ ਵੀਜ਼ਾ ਹਬ ਇਮੀਗ੍ਰੇਸ਼ਨ ਤੋਂ ਦੋਸਤੋ ਸ਼ੇਨੈਗਨ ਟੂਰਿਸਟ ਵੀਜ਼ਾ ਹ ਲੈ ਕੇ ਕਾਫੀ ਲੋਕਾਂ ਦੀ ਕਾਲਸ ਆ ਰਹੀਆਂ ਸੀਗੀਆਂ ਰਿਗਾਰਡਿੰਗ ਕਿ ਸਰ ਫਰਾਂਸ ਓਪਨ ਹੋ ਗਿਆ ਜੀ ਜਾਂ ਸਪੇਨ ਓਪਨ ਹੋ ਗਿਆ ਜੀ ਜਾਂ ਹੋਰ ਕੋਈ ਕੰਟਰੀ ਸੋ ਦੋਸਤੋ ਮੈਂ ਇੱਕ ਵਾਰ ਇੱਕ ਵਾਰ ਫਿਰ ਵੀਡੀਓ ਬਣਾ ਰਿਹਾ ਹਾਲਾਂਕਿ ਮੈਂ ਜੂਨ ਦੇ ਵੀਜ਼ਾ ਅਪਡੇਟਸ ਪਾਈ ਸੀ ਕਿ ਬਟ ਸਟਿਲ ਇੱਕ ਵੀਡੀਓ ਬਣਾ ਰਿਹਾ ਹਾਂ ਤੁਹਾਡੇ ਲੋਕਾਂ ਨੂੰ ਲੱਗ ਜਾਏ ਪਤਾ ਕਿ ਵਾਟ ਇਜ਼ ਦਾ ਪ੍ਰੋਪਰ ਅਪਡੇਟ ਦੋਸਤੋ ਐਜ਼ ਆਫ ਨਾਓ ਅੱਜ 9 ਜੂਨ ਤਰੀਕਾ ਹੈ 9 ਜੂਨ 2021 ਹਾਲੇ ਤੱਕ ਕੋਈ ਵੀ ਸ਼ੈਨਗਨ ਐਂਬੈਸੀ ਟੂਰਿਸਟ ਵੀਜ਼ਾ ਵਾਸਤੇ ਵੀਜ਼ਾ ਐਪਲੀਕੇਸ਼ਨਸ ਨਹੀਂ ਲੈ ਰਹੀ ਇੰਡੀਆ ਦੇ ਵਿੱਚ ਉਹਦਾ ਮੈਂ ਦੱਸ ਦਿੰਨਾ ਕਿ 9 ਜੂਨ ਫਰਾਂਸ ਤੇ ਹੋਰ ਫੋਰਨ ਕੰਟਰੀਜ਼ ਦੇ ਵਿੱਚ ਜੋ ਟ੍ਰੈਵਲ ਹੈਗਾ ਉਹ ਸ਼ੁਰੂ ਹੋ ওপਨ ਹੋ ਗਿਆ ਹੋਇਆ ਆ ਫਰਾਂਸ ਨੇ ਆਪਣਾ ਇੱਕ ਜੋ ਵਰਲਡ ਮੈਪ ਹੈਗਾ ਆ ਅਕੋਰਡਿੰਗ ਟੂ ਦਾ ਹੈਲਥ ਇੰਡੀਕੇਟਰਸ ਕੋਵਿਡ-19 ਹੈਲਥ ਇੰਡੀਕੇਟਰਸ ਲਗਾ ਕੇ ਇੱਕ ਸਪੈਸੀਫਿਕਲੀ ਪਬਲਿਸ਼ ਕੀਤਾ ਹੈ ਜਿਹਦੇ ਵਿੱਚ ਕੀ ਰੈੱਡ ਕੰਟਰੀਜ਼ ਲਿਸਟ ਤੁਸੀਂ ਦੇਖ ਸਕਦੇ ਰੈੱਡ ਕੰਟਰੀਜ਼ ਇੰਡੀਆ ਹੈਗਾ ਆ ਯਾ ਇਹ ਨਾਲ ਪਾਕਿਸਤਾਨ ਹੈਗਾ ਯਾ ਜਾਂ ਹੋਰ ਇਧਰਲੇ ਪਾਸੇ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਹੈਗੇ ਆ ਜਾਂ ਸਾਊਥ ਅਫਰੀਕਾ ਹੋ ਗਿਆ ਇਹ ਹੈਗੇ ਆ ਅਗਰ ਆਪਾਂ ਗ੍ਰੀਨ ਕੰਟਰੀਜ਼ ਦੀ ਗੱਲ ਕਰੀਏ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਦਰੋਂ 올ਮੋਸਟ ਯੂਰਪ ਦੇ ਕੰਟਰੀਜ਼ ਹੈਗੇ ਆ ਜੋ ਔਰੇਂਜ ਲਿਸਟ ਹੈਗੀ ਉਹ ਆ ਬਣੀ ਹੋਈ ਆ ਸੋ ਜਿਹੜੇ ਕੰਟਰੀਜ਼ ਗ੍ਰੀਨ ਲਿਸਟ ਵਿੱਚ ਆਂਦੇ ਨੇ ਉਹ ਆ ਹੈਗੇ ਨਾ ਯੂਰੋਪੀਅਨ ਯੂਨੀਅਨ ਐਂਡ ਸ਼ੇਰਿੰਗ ਏਰੀਆ ਕੰਟਰੀਜ਼ ਆਸਟ੍ਰੇਲੀਆ ਸਾਊਥ ਕੋਰੀਆ ਇਜ਼ਰਾਈਲ ਜਾਪਾਨ ਲੈਬਨਨ ਨਿਊਜ਼ੀਲੈਂਡ ਸਿੰਗਾਪੁਰ ਇਹਨਾਂ ਕੰਟਰੀਜ਼ ਨੂੰ ਅ ਕਿਸੇ ਵੀ ਲਾਈਕ ਦੱਸਣ ਲੋੜ ਨਹੀਂ ਹੈਗੇ ਹਾਂ ਪਰ ਕਿਹੜੇ ਪਰਪਸ ਲਈ ਐਂਟਰ ਹੋ ਰਹੀਆਂ ਫਰਾਂਸ ਦੇ ਵਿੱਚ ਡਾਇਰੈਕਟ ਐਂਟਰ ਹੋ ਸਕਦੇ ਹੈਗੇ ਬਸ ਇੱਕ ਪੀਸੀਆ ਟੈਸਟ ਕਰਵਾਉਣਾ ਹੋਏਗਾ ਉਹ ਵੀ ਜਿਹੜੇ ਵੈਕਸੀਨੇਟ ਨਹੀਂ ਹੈਗੇ ਜਿਨ੍ਹਾਂ ਨੂੰ ਵੈਕਸੀਨ ਲੱਗੀ ਹੋਈ ਹੈ ਦੇ ਕੈਨ ਈਜ਼ਲੀ ਐਂਟਰ ਜਿਹੜੇ ਦੋਸਤੋ ਵੈਕਸੀਨੇਟ ਨਹੀਂ ਹੈਗੇ ਆ ਉਹਨਾਂ ਨੂੰ ਦੱਸਣਾ ਪੈਗਾ ਹੈ ਹਾਂ ਵੀ ਤੁਹਾਡਾ ਕੀ ਕੰਪੈਲਿੰਗ ਪਰਪਸ ਆਫ ਐਂਟਰੀ ਕੀ ਹੈ ਕਿ ਤੁਹਾਨੂੰ ਤੁਸੀਂ ਕਿਉਂ ਆਣਾ ਚਾਹੁੰਦੇ ਹੈਗੇ ਆ ਐਂਡ ਜਿਹੜੇ ਲੋਕ ਰੈਡ ਲਿਸਟ ਚ ਆ ਰਹੇ ਹੈਗੇ ਆ ਸਪੋਜ਼ ਕਰੋ ਰੈਡ ਲਿਸਟ ਚ ਕੋਈ ਇਨਸਾਨ ਆਣਾ ਚਾਹੁੰਦਾ ਆ ਲਾਈਕ ਮੈਂ ਟੂਰਿਸਟ ਦੀ ਗੱਲ ਨਹੀਂ ਕਰ ਰਿਹਾ ਸਪੋਜ਼ ਕਰੋ ਵਰਕਰ ਆ ਸਟੂਡੈਂਟ ਆ ਜਾਂ ਕੋਈ ਹੋਰ ਆ ਤਾਂ ਉਹਨਾਂ ਵਾਸਤੇ ਅਗਰ ਇੰਡੀਆ ਤੋਂ ਕੋਈ ਬੰਦਾ ਜਲਣਾ ਚਾਹੁੰਦਾ ਹੈਗਾ ਆ ਤਾਂ ਉਹਨਾਂ ਵਾਸਤੇ 7 ਡੇਜ਼ ਦਾ ਕੁਆਰੰਟੀਨ ਹੈ ਅਗਰ ਤੁਸੀਂ ਵੈਕਸੀਨੇਟਿਡ ਹੈਗੇ ਆਂ ਔਰ 10 ਡੇਜ਼ ਦਾ ਕੁਆਰੰਟੀਨ ਹੈਗਾ ਅਗਰ ਤੁਸੀਂ ਵੈਕਸੀਨੇਟਿਡ ਨਹੀਂ ਹੈਗੇ ਆਂ ਇਹਦੇ ਨਾਲ ਨਾਲ ਦੋਸਤਾਂ ਨੂੰ ਇਹ ਵੀ ਦੱਸ ਦਵਾਂ ਕਿ ਆਪਾਂ ਅਗਰ ਹੋਰ ਕੰਟਰੀ ਦੀ ਗੱਲ ਕਰੀਏ ਚੈੱਕ ਰਿਪਬਲਿਕ ਦੀ ਗੱਲ ਕਰਾਂ ਤਾਂ ਮੈਂ ਚੈੱਕ ਰਿਪਬਲਿਕ ਦੀ ਮ ਤੁਸੀਂ ਪੜ੍ਹ ਸਕਦੇ ਹੋ ਐਜ਼ ਆਫ 1 ਜੂਨ ਦਾ ਵੀਜ਼ਾ ਪ੍ਰੋਸੈਸਿੰਗ ਐਟ ਦਾ ਐਮਬੈਸੀ ਆਫ ਦਾ ਚੈਕ ਪਬਲਿਕ ਇਨ ਨਿਊ ਡელი ਸਟਿਲ ਟੈਂਪੋਰਰੀ ਟੈਂਪੋਰਰੀ ਸਸਪੈਂਡਡ ਅੰਟਿਲ ਫਰਦਰ ਨੋਟਿਸ ਰਾਈਟ ਅਗਰ ਆਪਾਂ ਗੱਲ ਕਰੀਏ ਸਪੇਨ ਦੀ ਤਾਂ ਮੈਂ ਸਪੇਨ ਜਿਹੜਾ ਹੈਗਾ ਉੱਥੇ ਵੀ ਮੈਂ ਸਪੇਨ ਐਮਬੈਸੀ ਨੂੰ ਹਾਲਾਂਕਿ ਡਾਇਰੈਕਟ ਈਮੇਲ ਕੀਤੀ ਸੀ ਆ ਮੀਨਿੰਗ ਇੰਡੀਅਨ ਸਿਟੀਜ਼ਨ ਲਿਵਿੰਗ ਇਨ ਇੰਡੀਆ ਕੈਨ ਅਪਲਾਈ ਫॉर ਟੂ ਇਸ਼ੂਜ਼ ਆਫ ਸਪੇਨ ਔਰ ਦਾ ਰਿਪਲਾਈ ਆਇਆ ਸੀਗਾ ਐਡਰੈਸਿੰਗ ਯੂਅਰ ਕੁਇਰੀ ਐਜ਼ ਪਰ ਇਨਸਟਰਕਸ਼ਨਸ ਫ্রম ਸਪੇਨ ਐਮਬੈਸੀ ਓਨਲੀ ਸੀ ਮੈ pilots for work or humanitarian cases would be allowed to travel to spain fir main inade vfs center nu bhi mail kiti sigi ki. france visa help desk nu ki sir main file agar uh, matlab ki vfs centers kada open honge so unna da bhi reply aaya with reference to your query we would like to inform you that we are not accepting the tourist visa category as per the guidelines given by the embassy of france ਸੋ ਕਿਸੇ ਵੀ ਅਫਵਾਹ ਦੇ ਵਿੱਚ ਕਿਸੇ ਵੀ ਫੇਕ YouTube ਦੇ ਚੈਨਲ ਦੇ ਮਾਧਿਅਮ ਤੇ ਰਾਹੀਂ ਨਾ ਫਸੋ ਇਸ ਟਾਈਮ ਸ਼ੈਨਗਨ ਵੀਜ਼ਾ ਓਪਨ ਨਹੀਂ ਹੋਇਆ ਇਹਦੇ ਪ੍ਰਤੀ ਕਿਸੇ ਵੀ ਇਨਸਾਨ ਨੂੰ ਪੈਸੇ ਨਾ ਦਿਓ ਸੋ ਵੇਟ ਕਰੋ ਹੱਲੇ VFSglobal.com ਚੈੱਕ ਕਰਿਆ ਕਰੋ ਉੱਥੇ ਤੁਹਾਨੂੰ ਲੇਟੈਸਟ ਨਿਊਜ਼ ਡੈਫੀਨਿਟਲੀ ਮਿਲੇਗੀ ਸੋ ਇਹ ਟਾਈਮ ਹੈਗਾ ਆਪਣੀ ਪ੍ਰੋਫਾਈਲ ਨੂੰ ਬਿਲਟ ਅਪ ਕਰਨ ਦਾ ਅਗਰ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਆਪਣੀ ਪ੍ਰੋਫਾਈਲ ਨੂੰ ਸਹੀ ਕਰਨਾ ਹੈ ਟਾਈਮ ਆਪਣੀ ਬੈਂਕ ਸਟੇਟਮੈਂਟ ਨੂੰ ਮੇਨਟੇਨ ਕਰਨਾ ਹੈ ਆਪਣੀ ਸਹੀ ਆਈਟੀਆਰ ਪਰੰਦਾ ਉਹ ਚੀਜ਼ਾਂ ਤੇ ਇਹਨਾਂ ਦੋਸਤੋ ਔਰ ਬਾਕੀ vfsglobal.com ਤੇ ਜਦੋਂ ਆਜੂਗਾ ਦੈਨ ਅਸੀਂ ਵੀ ਇੱਕ ਪ੍ਰੋਪਰ ਵੀਡੀਓ ਪਾ ਦਾਂਗੇ ਕਿ ਹਾਂ ਵੀ ਓਪਨ ਹੋ ਗਿਆ ਵੀਜ਼ਾ ਹਾਵ ਨੂੰ ਇਹਨਾਂ ਪਿਆਰ ਬਖਸ਼ਣ ਦੋਸਤੋ ਬਹੁਤ ਬਹੁਤ ਸ਼ੁਕਰੀਆ ਲਵ ਯੂ ਆਲ